ਸਵਾਗਤ ਦੇਸ਼ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਅੱਜ ਸੰਗਤ ਰੂਪ ਵਿੱਚ ਬੈਠੇ ਹਾਂ ਜਿੱਥੇ ਜਿੱਥੇ ਵੀ ਕੋਈ ਬੈਠਾ ਹੈ ਪ੍ਰੋਗਰਾਮ ਸ਼ੁਰੂ ਕਰ ਬੈਠੇ ਹਾਂ ਜੀ ਅਸੀਂ ਇਸ ਵੇਲੇ ਗੱਲਾਂ ਅਤੇ ਗੀਤ ਮੈਂ ਹਾਂ ਨਵਜੋਤ ਕੌਰ ਸਾਹਿਬੇ ਕਮਾਲ ਸੰਤ ਸਿਪਾਹੀ ਸਰਬੰਸ ਦਾਨੀ ਉੱਚ ਦੇ ਪੀਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ 1666 ਈਸਵੀ ਪਟਨਾ ਦੀ ਉਹ ਪਵਿੱਤਰ ਧਰਤੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਤੋਂ ਜੋਤ ਪਰਿਵਰਤਿਤ ਹੋ ਕੇ 10ਵੇਂ ਜਾਮੇ 'ਚ ਪਹੁੰਚੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਬਾਲ ਗੋਬਿੰਦ ਰਾਏ ਜਿਨ੍ਹਾਂ ਨੇ ਜਨਮ ਲਿਆ 9ਵੀਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਗ੍ਰਹਿ ਵਿਖੇ ਇੱਕ ਉਦੇਸ਼ ਇੱਕ ਮੂਲ ਮਨਸ਼ਾ ਲੋਕਾਈ ਨੂੰ ਉਸ ਪਰਮਾਤਮਾ ਦੀ ਬੰਦਗੀ ਨਾਲ ਜੋੜਨਾ ਹੈ ਅਤੇ ਹੁਣ ਪਹਿਲੀ ਜੋਤ ਤੋਂ ਲੈ ਕੇ ਪਹਿਲੇ ਜਾਮੇ ਤੋਂ 10ਵੇਂ ਜਾਮੇ ਤੱਕ ਆਉਣ ਦੇ ਵਿੱਚ ਸਮੇਂ ਦੇ ਸਮੇਂਕਾਲ ਦੇ ਨਾਲ ਨਾਲ ਆਈਆਂ ਤਬਦੀਲੀਆਂ ਕਿ ਹੁਣ ਜ਼ਬਰ ਦਾ ਜ਼ੁਲਮ ਦਾ ਡੱਟ ਕੇ ਮੁਕਾਬਲਾ ਵੀ ਕਰਨਾ ਹੈ ਅੱਜ ਉਹਨਾਂ ਦੇ ਪਾਵਨ ਪ੍ਰਕਾਸ਼ ਪੁਰਬ ਦੇ ਉੱਤੇ ਇਸੇ ਸੰਬੰਧ ਦੇ ਵਿੱਚ ਹੀ ਪ੍ਰੋਗਰਾਮ ਗੱਲਾਂ ਅਤੇ ਗੀਤ ਵਿੱਚ ਸਾਹਿਬੇ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਉੱਤੇ ਜੀਵਨ ਬਿਰਤਾਂਤ ਅਤੇ ਉਹਨਾਂ ਦੀ ਸਮੁੱਚੀ ਜੀਵਨ ਜਾਂਚ ਦੇ ਵਿੱਚੋਂ ਸਾਨੂੰ ਕੀ ਸੇਧ ਮਿਲਦੀ ਹੈ ਕੀ ਫਲਸਫਾ ਰਿਹਾ ਉਹਨਾਂ ਦੇ ਪੂਰੇ ਜੀਵਨ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੁਰੂ ਮਹਾਰਾਜ ਦੀ ਉਪਮਾ ਦਾ ਉਸਤਤ ਦਾ ਸ਼ਬਦਾਂ ਦੇ ਰਾਹੀਂ ਗੁਣਗਾਨ ਕਰਾਂਗੇ ਮਾਹਿਰ ਮਹਿਮਾਨ ਸਟੂਡੀਓ ਦੇ ਵਿੱਚ ਇਸ ਵੇਲੇ ਤਸ਼ਰੀਫ ਫਰਮਾ ਨੇ ਆਓ ਤੁਹਾਨੂੰ ਜਾਣੂ ਕਰਾਉਂਦੇ ਹਾਂ ਜੀ ਉਹਨਾਂ ਦੇ ਨਾਲ ਸਰਦਾਰ ਸੁਖਜੀਤ ਸਿੰਘ ਕਪੂਰਥਲਾ ਸਰਕਾਰੀ ਭਾਰਤ ਸਰਕਾਰ ਦੇ ਅਦਾਰੇ ਤੋਂ ਪੰਜਾਬ ਸਰਕਾਰ ਦੇ ਅਦਾਰੇ ਤੋਂ ਐਕਸੀਅਮ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਅਤੇ ਫਿਰ ਪੰਥਕ ਗਤੀਵਿਧੀਆਂ ਦੇ ਵਿੱਚ ਉਸ ਵੇਲੇ ਤੋਂ ਹੀ ਆਪਣੇ ਆਪ ਨੂੰ ਇਹਨਾਂ ਨੇ ਵਿਅਸਤ ਰੱਖਿਆ ਹੈ ਜਿੱਥੇ ਕਿਤੇ ਵੀ ਉਸ ਅਕਾਲ ਪੁਰਖ ਦੀ ਉਸਤਤ ਸ਼ਲਾਘਾ ਬੰਦਗੀ ਦੀਆਂ ਦੋ ਗੱਲਾਂ ਹੁੰਦੀਆਂ ਨੇ ਉੱਥੇ ਆਪ ਜੀ ਵੀ ਹਾਜ਼ਰੀ ਭਰਦੇ ਹਨ 10 ਕਰੀਬ ਪੁਸਤਕਾਂ ਪਾਠਕਾਂ ਦੀ ਝੋਲੀ ਵਿੱਚ ਪਾ ਚੁੱਕੇ ਹਨ ਅਤੇ ਅੱਜ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਉਸ ਅਕਾਲ ਪੁਰਖ ਦੀ ਉਸਤਤ ਕਰਨ ਦੇ ਲਈ ਇਸ ਵੇਲੇ ਸਟੂਡੀਓ ਦੇ ਵਿੱਚ ਤਸ਼ਰੀਫ ਫਰਮਾ ਨੇ ਸਰ ਬਹੁਤ ਬਹੁਤ ਤੁਹਾਡਾ ਆਉਣ ਦੇ ਉੱਤੇ ਪਹਿਲਾਂ ਤਾਂ ਜੀ ਆਇਆਂ ਨੂੰ ਸਵਾਗਤ ਅਤੇ ਤੁਹਾਨੂੰ ਵੀ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ DD ਪੰਜਾਬੀ ਦੀ ਸਮੁੱਚੀ ਟੀਮ ਅਤੇ ਸਮੁੱਚੇ ਦਰਸ਼ਕਾਂ ਨੂੰ ਮੇਰੇ ਵੱਲੋਂ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਸੁਖਜੀਤ ਸਿੰਘ ਜੀ ਅਸੀਂ ਪਹਿਲੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਜੀ ਜਿਨ੍ਹਾਂ ਨੂੰ ਅਸੀਂ ਸਿੱਖ ਪੰਥ ਦੇ ਮੋਢੀ ਕਹਿੰਦੇ ਹਾਂ ਉੱਥੋਂ 10ਵੇਂ ਜਾਮੇ ਤੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਜੋਤ ਜਿਹੜੀ ਹੈ ਉਹ ਸਮੇਂ ਸਮੇਂ 'ਤੇ ਰੂਪ ਧਾਰ ਕੇ ਅਤੇ ਇੱਥੇ ਤੀਕ ਪਹੁੰਚੀ ਜੀ ਇੱਕ ਜੋਤ ਇੱਕ ਓਂਕਾਰ ਸੁਨੇਹਾ ਨਿਰਮਲ ਪੰਥ ਤੋਂ ਖਾਲਸਾ ਪੰਥ ਤੱਕ ਦਾ ਸਫ਼ਰ ਅਤੇ ਉਹਦੇ ਵਿੱਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਅਤੇ ਇਹ ਸਾਰੀ ਦੀ ਸਾਰੀ ਵਾਰਤਾ ਜਿਹੜੀ ਹੈ ਨਾ ਉਹਨਾਂ ਦੇ ਜਨਮ ਦਾ ਬਿਰਤਾਂਤ ਅਤੇ ਮੁੱਢਲੀ ਜਾਣਕਾਰੀ ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ ਇਹਦੇ ਬਾਬਤ ਜ਼ਰੂਰ ਸੰਗਤ ਰੂਪ ਵਿੱਚ ਜਿਹੜੀ ਇਸ ਵੇਲੇ ਦਰਸ਼ਕ ਬੈਠੇ ਨੇ ਉਹਨਾਂ ਵੱਲ ਇਹ ਜਿਹੜੇ ਨੇ ਸ਼ਬਦ ਤੁਹਾਡੇ ਜਾਣੇ ਚਾਹੀਦੇ ਨੇ ਇੱਦਾਂ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ 1666 ਈਸਵੀ ਨੂੰ ਪਟਨਾ ਸਾਹਿਬ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ ਜਿਵੇਂ ਗੁਰੂ ਰਾਮਦਾਸ ਜੀ ਦਾ ਬਚਨ ਹੈ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ
ਤੇ ਬਲਹਾਰ ਜਾਈਏ ਉਸ ਧਰਤੀ ਤੋਂ, ਬਲਹਾਰ ਜਾਈਏ ਉਸ ਮਾਤਾ ਪਿਤਾ ਤੋਂ ਜਿਨ੍ਹਾਂ ਦੇ ਰਾਹੀਂ ਅਕਾਲ ਪੁਰਖ ਦੀ ਬਣਾਈ ਮਰਿਆਦਾ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਹੁਣ ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ, ਜਿਵੇਂ ਗੁਰਬਾਣੀ ਦਾ ਪਾਵਨ ਬਚਨ ਹੈ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲੱਟੀ ਹੈ। ਜੋਤ ਉਹੀ ਹੈ, ਜੁਗਤੀ ਉਹੀ ਹੈ, ਕੇਵਲ ਸਰੀਰ ਬਦਲੇ। ਕਿਉਂਕਿ 1469 'ਚ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਨਾਲ ਜਿਹੜੀ ਬਾਤ ਆਰੰਭ ਹੋਈ ਉਸ ਨੂੰ 239 ਸਾਲ ਦਾ ਲੰਮਾ ਸਮਾਂ ਲੱਗਾ। ਹੁਣ ਇਹ 239 ਸਾਲ ਦਾ ਲੰਮਾ ਸਮਾਂ ਇੱਕ ਸਰੀਰਕ ਜਾਮੇ ਵਿੱਚ ਕੰਮ ਨਹੀਂ ਸੀ ਕੀਤਾ ਜਾ ਸਕਦਾ, ਇਸ ਲਈ ਉਸ ਗੁਰੂ ਨਾਨਕ ਨੂੰ ਜਿਹੜੀ ਗੁਰੂ ਜੋਤ ਪਰਮੇਸ਼ੁਰ ਵੱਲੋਂ ਬਖਸ਼ਿਸ਼ ਹੋਈ ਉਹ ਗੁਰੂ ਜੋਤ ਨੂੰ 10 ਜਾਮਿਆਂ ਦੀ ਯਾਤਰਾ ਧਾਰਨ ਕਰਨੀ ਪਈ। ਅਤੇ ਜਿਹੜੀ ਗੱਲ ਆਪਾਂ ਕਹਿ ਸਕਦੇ ਹਾਂ, ਇੱਕ ਵਿਚਾਰਵਾਨ ਨੇ ਬੜਾ ਪਿਆਰਾ ਲਿਖਿਆ ਹੈ, ਕਹਿੰਦਾ ਗੁਰੂ ਨਾਨਕ ਸਾਹਿਬ ਨੂੰ ਦੀ ਰੂਪੀ ਕਲਮ, ਪਰ ਗੁਲਾਬ ਦੇ ਫੁੱਲ ਦੀ ਕਲਮ ਗੁਰੂ ਨਾਨਕ ਸਾਹਿਬ ਦੇ ਰੂਪ ਅੰਦਰ ਪਰਮੇਸ਼ੁਰ ਨੇ ਲਾਈ, ਅਤੇ ਜਿਹੜੀ ਉਸ ਕਲਮ ਨੂੰ ਬਾਕੀ 8 ਗੁਰੂ ਸਾਹਿਬਾਨ ਨੇ ਪ੍ਰਵਾਨ ਚੜਾਇਆ, ਅਤੇ ਉਸ ਗੁਲਾਬ ਦਾ ਜਿਹੜਾ ਫੁੱਲ ਖੜਿਆ ਨਾ ਉਹ ਫੁੱਲ ਹੈ ਗੁਰੂ ਗੋਬਿੰਦ ਸਿੰਘ, ਭਾਵ ਕਿ ਗੁਰੂ ਨਾਨਕ ਦੇ ਘਰ ਦਾ ਸ਼ਿਖਰ ਹੈ ਗੁਰੂ ਗੋਬਿੰਦ ਸਿੰਘ। ਇੱਕ ਹੋਰ ਗੱਲ ਮੈਂ ਕਹਿਣੀ ਚਾਹੁੰਦਾ, ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਰਾਂ ਨੇ ਬੜੀਆਂ ਪੁਸਤਕਾਂ ਸਿੱਖ ਸਾਹਿਤ ਦੀ ਝੋਲੀ ਵਿੱਚ ਪਾਈਆਂ ਨੇ। ਉਹਨਾਂ ਨੇ ਇੱਕ ਪੁਸਤਕ ਬੜੀ ਪਿਆਰੀ, ਉਹਦਾ ਟਾਈਟਲ ਬੜਾ ਪਿਆਰਾ ਰੱਖਿਆ, ਕਹਿੰਦਾ ਜੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕਿਸ ਤਰ੍ਹਾਂ। ਉਸ ਪੁਸਤਕ ਦਾ ਉਹਨਾਂ ਟਾਈਟਲ ਰੱਖਿਆ ਰਬਾਬ ਤੋਂ ਨਗਾਰੇ ਤੱਕ। ਜੀ ਬਹੁਤ ਖੂਬ। ਰਬਾਬ ਤੋਂ ਨਗਾਰੇ ਤੱਕ, ਭਾਵ ਕਿ ਜਿਹੜੀ ਸਮਾਜਿਕ ਕ੍ਰਾਂਤੀ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਦੀ ਰਬਾਬ ਨਾਲ ਕੀਤੀ ਸੀ, ਉਹ ਗੁਰੂ ਕਲਗੀਧਰ ਸਾਹਿਬ ਦੇ ਸਮੇਂ ਜਾ ਕੇ ਰਣਜੀਤ ਨਗਾਰਾ ਬਣ ਗਈ। ਹੋਰ ਦੇਖੀਏ, ਡਾਕਟਰ ਗੋਕਲ ਚੰਦ ਨਾਰੰਗ ਵੀ ਲਿਖਦਾ ਹੈ, ਉਹਦੀ ਕਿਤਾਬ ਹੈ ਦ ਟ੍ਰਾਂਸਫਾਰਮੇਸ਼ਨ ਆਫ ਸਿੱਖਇਜ਼ਮ, ਬੜੇ ਪਿਆਰੇ ਸ਼ਬਦਾਂ 'ਚ ਉਹਨੇ ਲਿਖਿਆ ਹੈ, ਕਹਿੰਦਾ ਜਿਹੜੇ ਦਰਖਤ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਜਾ ਕੇ ਖਾਲਸਾ ਰੂਪੀ ਫਲ ਦਿੱਤਾ, ਉਸ ਦਰਖਤ ਦੇ ਬੀਜ ਦੀ ਬਿਜਾਈ ਗੁਰੂ ਨਾਨਕ ਦੇਵ ਜੀ ਨੇ ਕੀਤੀ, ਬਾਕੀ 8 ਗੁਰੂ ਸਾਹਿਬਾਨ ਨੇ ਉਸ ਦਰਖਤ ਨੂੰ ਪ੍ਰਵਾਨ ਚੜਾਇਆ। ਹੋਰ ਅੱਗੇ ਉਹ ਲਿਖਦਾ ਹੈ, ਕਹਿੰਦਾ ਜਿਹੜੀ ਤੇਗ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਜੇ ਨਿਵਾਜੇ ਖਾਲਸੇ ਦੇ ਹੱਥ ਵਿੱਚ ਆ ਕੇ ਤੇਗ ਦੇ ਜੌਹਰ ਦਿਖਾਏ, ਉਸ ਤੇਗ ਦੇ ਲਈ ਫੌਲਾਦ ਗੁਰੂ ਨਾਨਕ ਦੇਵ ਜੀ ਨੇ ਕਮਾ ਕੇ ਦਿੱਤਾ। ਭਾਵ ਕਿ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲੱਟੀ ਹੈ। ਹੋਰ ਗੱਲ ਮੈਂ ਇੱਥੇ ਜੋੜਨਾ ਐਡ ਕਰਨਾ ਚਾਹੁੰਦਾ ਕਿ ਅਲਾਮਾ ਇਕਬਾਲ ਲਿਖਦਾ ਹੈ, ਕਹਿੰਦਾ ਫਿਰ ਉੱਠੀ ਸਦਾ ਤੌਹੀਦ ਕੀ ਆਖਿਰ ਪੰਜਾਬ ਸੇ, ਸੋਏ ਹੋਏ ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ। ਹੁਣ ਉਹ ਗੁਰੂ ਨਾਨਕ ਨੂੰ ਮਰਦੇ ਕਾਮਲ ਲਿਖਦਾ ਹੈ। ਹੁਣ ਮੈਂ ਕਹਿ ਦੇਵਾਂ ਤੇ ਗਲਤ ਕੋਈ ਨਹੀਂ ਹੋਵੇਗਾ, ਇਹ ਮਰਦੇ ਕਾਮਲ ਹੀ 10ਵੇਂ ਜਾਮੇ ਵਿੱਚ ਮਰਦ ਅਗੰਬੜਾ ਬਣ ਗਿਆ, ਮਰਦ ਅਗੰਬੜਾ ਬਣਿਆ। ਹੁਣ ਭਾਈ ਗੁਰਦਾਸ ਜੀ ਨੇ ਲਿਖਿਆ, ਗੁਰੂ ਨਾਨਕ ਸਾਹਿਬ ਦੇ ਪ੍ਰਥਾਏ ਲਿਖਿਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹੀ ਨਿਰਮਲ ਪੰਥ 230 ਸਾਲ ਦੀ ਯਾਤਰਾ ਕਰਕੇ ਖਾਲਸਾ ਪੰਥ ਬਣ ਗਿਆ। ਹੋਰ ਗੱਲ ਮੈਂ ਕਹਿਣਾ ਚਾਹੁੰਦਾ, ਆਪਾਂ ਗੁਰੂ ਨਾਨਕ ਦੇ ਘਰ ਅੰਦਰ ਕੋਈ ਵੀ ਕਾਰਜ ਭਾਵੇਂ ਕਿਸੇ ਗੁਰੂ ਸਾਹਿਬਾਨ ਦੇ ਸਮੇਂ ਜਾ ਕੇ ਸੰਪੂਰਨ ਹੋਇਆ, ਉਹਦੀ ਆਰੰਭਤਾ ਉਹਦੇ ਪੂਰਨੇ ਉਹਦੀ ਸ਼ੁਰੂਆਤ ਗੁਰੂ ਨਾਨਕ ਹੈ। ਹੁਣ ਸਿੱਧ ਗੋਸ਼ਟ ਬਾਣੀ 'ਚ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਦੇ ਉੱਤੇ ਇੱਕ ਸਵਾਲ ਕੀਤਾ, ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ, ਤੇ ਗੁਰੂ ਨਾਨਕ ਸਾਹਿਬ ਦਾ ਜਵਾਬ ਹੈ, ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੂੰ ਚੇਲਾ। ਸ਼ਬਦ ਨੂੰ ਗੁਰੂ ਦਾ ਦਰਜਾ ਗੁਰੂ ਨਾਨਕ ਸਾਹਿਬ ਨੇ ਦਿੱਤਾ, ਉਸੇ ਸ਼ਬਦ ਗੁਰੂ ਨੂੰ ਗੁਰੂ ਅਮਰਦਾਸ ਜੀ ਨੇ ਵਾਹ ਵਾਹ ਬਾਣੀ ਨਿਰੰਕਾਰ ਹੈ ਆਖਿਆ।
ਉਸੇ ਸ਼ਬਦ ਗੁਰੂ ਨੂੰ ਗੁਰੂ ਰਾਮਦਾਸ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਆਖਿਆ। ਉਸੇ ਸ਼ਬਦ ਗੁਰੂ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਧੁਰਕੀ ਬਾਣੀ ਆਖਿਆ। ਗੁਰੂ ਅਰਜਨ ਸਾਹਿਬ ਨੇ ਉਸੇ ਸ਼ਬਦ ਗੁਰੂ ਨੂੰ ਪੋਥੀ ਪਰਮੇਸ਼ਰ ਕਾ ਥਾਨ ਆਖਿਆ, ਤੇ ਉਹੀ ਪੋਥੀ ਪਰਮੇਸ਼ਰ ਕਾ ਥਾਨ ਗੁਰੂ ਕਲਗੀਧਰ ਸਾਹਿਬ ਦੇ ਸਮੇਂ ਜਾ ਕੇ ਗੁਰੂ ਮਾਨਿਓ ਗ੍ਰੰਥ ਦਾ ਰੂਪ ਧਾਰਨ ਕਰ ਗਈ। ਭਾਵ ਸ਼ੁਰੂਆਤ ਗੁਰੂ ਨਾਨਕ ਹੈ, ਸੰਪੂਰਨਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਬਹੁਤ ਖੂਬ ਕਿ ਇਹ ਜਿਹੜੀ ਸੰਪੂਰਨਤਾ ਹੈ ਇਹ ਸਾਨੂੰ ਉਸ ਬਿੰਬ ਤੋਂ ਸ਼ੁਰੂਆਤ ਹੋਈ ਜਿਹਨੂੰ ਅਸੀਂ ਪਹਿਲੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਆਖਦੇ ਹਾਂ ਜੀ। ਉਸ ਤੋਂ ਬਾਅਦ ਜਦੋਂ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਸਨ 1666 ਜੀ, ਪਿਤਾ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰ ਕੌਰ ਜੀ ਦੇ ਗ੍ਰਹਿ ਵਿਖੇ ਇਸ ਅਦੁੱਤੀ ਜੋਤ ਦਾ ਪ੍ਰਕਾਸ਼ ਹੋਇਆ, ਅਵਤਾਰ ਧਾਰਿਆ। ਚੋਜੀ ਪ੍ਰੀਤਮ, ਬਾਲਾ ਪ੍ਰੀਤਮ, ਬਾਲ ਗੋਬਿੰਦ ਰਾਏ, ਇਹ ਉਸ ਵੇਲੇ ਤੁਸੀਂ ਪਰਮਾਤਮਾ ਦੇ ਕਹਿ ਲਓ ਕਿ ਅੰਦੇਸ਼ਿਆਂ ਨੂੰ ਪਰਮਾਤਮਾ ਦੇ ਹੁਕਮਾਂ ਨੂੰ ਮੰਨਣ ਦੀ ਇੱਕ ਅੰਦਰ ਲੋ ਜਿਹੜੀ ਸੀ ਉਹ ਉਸ ਵੇਲੇ ਆਪਣੇ ਆਪ ਹੀ ਸੁਤੇ ਸਿੱਧ ਆ ਜਾਂਦੀ ਹੈ। 9 ਸਾਲ ਦੀ ਅਵਸਥਾ ਹੈ ਅਤੇ ਪਿਤਾ ਨੂੰ ਤੋਰ ਦਿੰਦੇ ਨੇ ਦੁਨੀਆਂ ਦੀ ਸਭ ਤੋਂ ਵੱਡੀ ਸ਼ਹੀਦੀ ਵੱਲ ਜੀ। ਅਤੇ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਮੁੱਢਲੀ ਜੀਵਨ ਜਾਂਚ ਹੈ ਵੀ ਉਹਨਾਂ ਨੇ ਸ਼ਸਤਰ ਵਿੱਦਿਆ ਸਿੱਖੀ, ਉਹਨਾਂ ਨੇ ਜਿਹੜੀ ਬਾਣੀ ਹੈ ਭਾਸ਼ਾਵਾਂ ਸਿੱਖੀਆਂ ਉਹਦੇ ਬਾਰੇ ਵੀ ਜ਼ਰੂਰ ਅਸੀਂ ਉਹਨਾਂ ਦੀ ਮੁੱਢਲੀ ਜਾਣਕਾਰੀ ਜਿਹੜੀ ਹੈ ਨਾ ਉਹ ਜਦੋਂ ਉੱਥੇ ਪਟਨਾ ਸਾਹਿਬ ਸੀ ਉਸ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਆ ਜਾਂਦੇ ਹੈ ਉਹ ਜਿਹੜਾ ਸਮਾਂਕਾਲ ਹੈ ਉਹ ਜ਼ਰੂਰ। ਮੈਂ ਇਸ ਬਾਰੇ 'ਚ ਕਹਿਣਾ ਚਾਹੁੰਦਾ ਜੀ ਵੀ ਦੇਖਿਓ ਕੈਸਾ ਇਤਫਾਕ ਹੈ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦਾ, ਕੈਸਾ ਆਪਸੀ ਇਤਫਾਕ ਮਿਲਦਾ ਹੈ ਜੀ। ਲਗਭਗ 9 ਕੁ ਸਾਲ ਦੀ ਸਰੀਰ ਕਾਰਜਾ ਸੀ ਗੁਰੂ ਨਾਨਕ ਸਾਹਿਬ ਜੀ ਦੀ ਜੀ, ਜਦੋਂ ਉਹਨਾਂ ਨੂੰ ਜਨੇਊ ਪਾਉਣ ਲੱਗੇ ਪਰ ਉਹਨਾਂ ਪਾਉਣ ਨਹੀਂ ਦਿੱਤਾ ਜੀ, ਅਤੇ 9 ਕੁ ਸਾਲ ਦੀ ਹੀ ਸਰੀਰ ਕਾਰਜਾ ਗੁਰੂ ਗੋਬਿੰਦ ਸਿੰਘ ਜੀ ਦੀ ਉਦੋਂ ਬਾਲ ਗੋਬਿੰਦ ਰਾਏ ਜੀ ਨੇ, ਅਤੇ 9 ਕੁ ਸਾਲ ਦੀ ਸਰੀਰ ਕਾਰਜਾ ਸੀ ਜਦੋਂ ਉਹ ਪਿਤਾ ਗੁਰੂ ਤੇਗ ਬਹਾਦਰ ਨੂੰ ਤਿਲਕ ਜੰਜੂ ਦੀ ਰਖਵਾਲੀ ਲਈ ਤੋਰ ਦਿੱਤਾ ਜੀ। ਅਤੇ ਇੱਕ ਵਿਦਵਾਨ ਕਵੀ ਨੇ 2 ਲਾਈਨਾਂ ਬੜੀਆਂ ਪਿਆਰੀਆਂ ਲਿਖੀਆਂ ਉਹਨੇ, ਕਹਿੰਦਾ 9 ਸਾਲ ਦੇ ਨਾਨਕ ਕਹਿੰਦੇ ਜਬਰੀ ਜੰਜੂ ਪਾਉਣ ਨਹੀਂ ਦੇਣਾ, 9 ਸਾਲ ਦੇ ਗੋਬਿੰਦ ਕਹਿੰਦੇ ਜਬਰੀ ਜੰਜੂ ਲਾਉਣ ਨਹੀਂ ਦੇਣਾ। ਬਹੁਤ ਦੇਖੋ ਹੁਣ ਕਮਾਲ ਦੀ ਗੱਲ ਹੈ, ਕੈਸਾ ਇਤਫਾਕ ਹੈ ਸਾਡਾ ਜੀ। ਹੁਣ ਆਪਾਂ ਇੱਕ ਗੱਲ ਕਰਦੇ ਹਾਂ ਕਿ ਦੇਖੋ ਵਿਚਾਰਵਾਨਾਂ ਨੇ ਗੁਰੂ ਕਲਗੀਧਰ ਨੂੰ ਬਣਾਉਣ ਲਈ ਬੜੇ ਪਿਆਰੇ ਪੱਖ ਲਿਖੇ ਨੇ ਜੀ। ਹੁਣ ਡਾਕਟਰ ਪਿਆਰਾ ਸਿੰਘ ਪਦਮ ਹੋਰਾਂ ਦੀ ਪੁਸਤਕ ਹੈ 4 ਸਾਹਿਬਜ਼ਾਦੇ, ਉਹਦੀ ਭੂਮਿਕਾ ਦੇ ਵਿੱਚ ਉਹਨਾਂ ਨੇ ਇੱਕ ਬੜਾ ਪਿਆਰਾ ਪੱਖ ਉਜਾਗਰ ਕੀਤਾ ਜੀ। ਉਹ ਲਿਖਦੇ ਨੇ ਕਿ ਕਹਿੰਦੇ ਕਿਸੇ ਵਿਅਕਤੀ ਵਿਸ਼ੇਸ਼ ਦੀ ਮਹਾਨਤਾ ਨੂੰ ਮਾਪਣਾ ਹੋਵੇ ਜੀ ਤੇ ਉਹਦੇ ਲਈ 3 ਮਾਪਦੰਡ ਮੰਨੇ ਜਾਂਦੇ ਨੇ। ਹੁਣ ਉਹ 3 ਮਾਪਦੰਡ ਕਿਹੜੇ ਨੇ? ਕਹਿੰਦੇ ਉਹਨੇ ਆਪ ਕੋਈ ਮਹਾਨ ਕਾਰਨਾਮਾ ਨਾ ਕੀਤਾ ਹੋਵੇ, ਉਹਦਾ ਪਿਤਾ ਪਿਤਾਮਾ ਮਹਾਨ ਹੋਵੇ, ਤੇ ਪਿਤਾ ਪਿਤਾਮਾ ਦੀ ਮਹਾਨਤਾ ਦੇ ਕਾਰਨ ਪੁੱਤਰ ਵਡਿਆਇਆ ਜਾਂਦਾ ਹੈ, ਔਲਾਦ ਵਡਿਆਈ ਜਾਂਦੀ ਹੈ। ਦੂਸਰਾ ਮਾਪਦੰਡ ਲਿਖਦੇ ਨੇ ਕਿ ਪਿਤਾ ਪਿਤਾਮਾ ਤੇ ਮਹਾਨ ਨਾ ਹੋਵੇ ਪਰ ਉਹਨੇ ਆਪ ਕੋਈ ਮਹਾਨ ਕਾਰਨਾਮਾ ਕੀਤਾ ਹੋਵੇ, ਉਹਦੀ ਆਪਣੀ ਮਹਾਨਤਾ ਭਰੇ ਕਾਰਨਾਮਿਆਂ ਦੇ ਕਾਰਨ ਉਸ ਨੂੰ ਵਡਿਆਇਆ ਜਾਂਦਾ ਹੈ। ਤੇ 3ਜਾ ਮਾਪਦੰਡ ਕਿ ਪਿਤਾ ਪਿਤਾਮਾ ਵੀ ਮਹਾਨ ਨਾ ਹੋਵੇ, ਉਹ ਆਪ ਵੀ ਮਹਾਨ ਨਾ ਹੋਵੇ ਪਰ ਉਸਦੀ ਔਲਾਦ ਕੋਈ ਮਹਾਨਤਾ ਭਰਿਆ ਕਾਰਨਾਮਾ ਕਰ ਜਾਵੇ ਤੇ ਔਲਾਦ ਦੀ ਮਹਾਨਤਾ ਭਰੇ ਕਾਰਨਾਮੇ ਦੇ ਕਾਰਨ ਪਿਤਾ ਵਡਿਆਇਆ ਜਾਂਦਾ ਜੀ। ਤੇ ਡਾਕਟਰ ਪਿਆਰਾ ਸਿੰਘ ਪਦਮ ਲਿਖਦੇ ਨੇ ਕਹਿੰਦੇ ਕੈਸਾ ਇਤਫਾਕ ਹੈ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਜੀਵਨ ਇਹਨਾਂ 3 ਗੱਲਾਂ ਦਾ ਮਾਪਦੰਡਾਂ ਦਾ ਪੂਰਾ ਸੰਗਮ ਦਿਖਾਈ ਦਿੰਦਾ ਹੈ। ਹੁਣ ਮੈਂ ਉਹ ਸੰਗਮ ਦੱਸਣਾ ਚਾਹੁੰਦਾ ਕਿਵੇਂ ਜੀ। ਗੁਰੂ ਗੋਬਿੰਦ ਸਿੰਘ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਾਰੇ 'ਚ ਵਿਦਵਾਨ ਕਵੀ ਨੇ 4 ਲਾਈਨਾਂ ਬੜੀਆਂ ਪਿਆਰੀਆਂ ਲਿਖੀਆਂ ਜੀ। ਉਹ ਕਹਿੰਦਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਸਾਥੋਂ ਤੇਰਾ ਪੂਰਾ ਪ੍ਰਚਾਰ ਨਹੀਂ ਹੋ ਸਕਿਆ, ਹਿੰਦੁਸਤਾਨ ਦੇ ਇਹਨਾਂ ਲੋਕਾਂ ਕੋਲੋਂ
ਤੇਰਾ ਪੂਰਾ ਸਤਿਕਾਰ ਨਹੀਂ ਹੋ ਸਕਿਆ, ਬਾਪ ਕਿਸੇ ਪਾਸੇ, ਪੁੱਤਰ ਕਿਸੇ ਪਾਸੇ, ਤੇਰਾ ਇੱਕ ਥਾਂ ਇਕੱਠਾ ਪਰਿਵਾਰ ਨਹੀਂ ਹੋ ਸਕਿਆ, ਸੀਸ ਕਿਸੇ ਪਾਸੇ, ਧੜ ਕਿਸੇ ਪਾਸੇ, ਤੇਰਾ ਇੱਕ ਥਾਂ ਇਕੱਠਾ ਸੰਸਕਾਰ ਨਹੀਂ ਹੋ ਸਕਿਆ। ਇਹ ਗੁਰੂ ਤੇਗ ਬਹਾਦਰ ਦੇ ਪ੍ਰਥਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਮਹਾਨਤਾ ਭਰੀ ਸ਼ਹਾਦਤ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਧਰਮ ਸੁਪਤਨੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਮਾਤਾ ਗੁਜਰ ਕੌਰ ਵੀ ਮਹਾਨ ਸ਼ਖਸੀਅਤ। ਹੁਣ ਗੁਰੂ ਤੇਗ ਬਹਾਦਰ ਦੇ ਕੇਵਲ ਪਿਤਾ ਤੇ ਮਾਤਾ ਹੀ ਮਹਾਨ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਮੀਰੀ ਪੀਰੇ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਈ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਉਹ ਵੀ ਮਹਾਨਤਾ ਦੀਆਂ ਬੁਲੰਦੀਆਂ ਨੂੰ ਛੂਹਦੀ ਸ਼ਖਸੀਅਤ। ਕੇਵਲ ਪਿਤਾ ਹੀ ਮਹਾਨ ਨਹੀਂ, ਮਾਤਾ ਹੀ ਮਹਾਨ ਨਹੀਂ, ਦਾਦਾ ਹੀ ਮਹਾਨ ਨਹੀਂ, ਪੜਦਾਦਾ ਗੁਰੂ ਅਰਜਨ ਦੇਵ ਪਾਤਸ਼ਾਹ ਉਸ ਤੋਂ ਵੀ ਮਹਾਨ ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਦੀ ਸ਼ਹਾਦਤ ਦੇ ਪ੍ਰਥਾਏ ਕਵੀ ਨੇ ਬੜੀਆਂ ਪਿਆਰੀਆਂ ਲਿਖੀਆਂ ਨੇ। ਕਹਿੰਦਾ, ਗੁਰੂ ਦਰਬਾਰ ਦੀਆਂ ਰਖਵਾਈਆਂ ਪਿਆਰ ਤੇ ਜਿਸ ਬੁਨਿਆਦਾਂ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਹਵਾਲਾ ਦਿੰਦਾ ਹੈ ਗੁਰੂ ਅਰਜਨ ਸਾਹਿਬ ਜੀ ਦੇ ਬਾਰੇ ਚ। ਕਹਿੰਦਾ, ਗੁਰੂ ਦਰਬਾਰ ਦੀਆਂ ਰਖਵਾਈਆਂ ਪਿਆਰ ਤੇ ਜਿਸ ਬੁਨਿਆਦਾਂ, ਉਸ ਦੀ ਖਾਤਰ ਤਵੀ ਤਪਾਈ ਨਫ਼ਰਤ ਦੀਆਂ ਜਲਾਦਾਂ, ਰਚਨਾ ਕਰ ਗ੍ਰੰਥ ਪਵਿੱਤਰ ਜਿਸ ਬਖਸ਼ੀ ਅੰਮ੍ਰਿਤ ਬਾਣੀ, ਉਸ ਦੇ ਸੀਸ ਤੇ ਤਪਦੀ ਰੇਤਾ ਇੱਕ ਹੀ ਕਹਿਰ ਕਹਾਣੀ। ਹੁਣ ਦੇਖੋ, ਗੁਰੂ ਅਰਜਨ ਗੁਰੂ ਗੋਬਿੰਦ ਸਿੰਘ ਦੇ ਪਿਤਾ ਮਾਤਾ ਮਹਾਨ, ਦਾਦਾ ਮਹਾਨ, ਪੜਦਾਦਾ ਗੁਰੂ ਅਰਜਨ ਸਾਹਿਬ ਸਭ ਤੋਂ ਮਹਾਨ ਜੀ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਦੋਂ ਅਸੀਂ ਆਪਣੇ ਜੀਵਨ ਵੱਲ ਝਾਤੀ ਮਾਰਦੇ ਹਾਂ, ਤੇ ਗੁਰੂ ਗੋਬਿੰਦ ਸਿੰਘ ਦੇ ਬਾਰੇ ਚ ਕਨਿੰਗਮ ਲਿਖਦਾ ਹੈ, ਕਨਿੰਗਮ ਦੀ ਬੜੀ ਪਿਆਰੀ ਕੋਟੇਸ਼ਨ ਹੈ। ਕਹਿੰਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਹੁ ਪੱਖੀ ਸ਼ਖਸੀਅਤ ਨੂੰ ਸਮਝਣ ਦੇ ਲਈ ਸਾਨੂੰ ਇੱਕ ਬਹੁਤ ਹੀ ਤੇਜ਼ ਰਫ਼ਤਾਰ ਘੋੜੇ ਤੇ ਸਵਾਰ ਹੋਣਾ ਪਵੇਗਾ, ਕਿਉਂਕਿ ਇੰਨੀ ਛੋਟੀ ਆਰਜਾ ਵਿੱਚ ਏਡੇ ਮਹਾਨ ਕਾਰਨਾਮੇ ਕਰ ਜਾਣੇ, ਇੱਕੋ ਹੀ ਸ਼ਖਸੀਅਤ ਵਿੱਚ ਇੰਨੇ ਜ਼ਿਆਦਾ ਗੁਣਾਂ ਦਾ ਮਿਲ ਜਾਣਾ ਇੱਕ ਅਸੰਭਵ ਜਿਹੀ ਗੱਲ ਲੱਗਦੀ ਹੈ। ਇੱਕ ਨਿੰਗਮ ਦੇ ਸ਼ਬਦ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਨੂੰ ਕਿਸੇ ਵੀ ਪੱਖ ਤੋਂ ਦੇਖ ਲਈਏ, ਬਚਪਨ ਤੋਂ ਲੈ ਕੇ ਜੀਵਨ ਦੇ ਆਖਰੀ ਪੜਾਓ ਹਜ਼ੂਰ ਸਾਹਿਬ ਨਦੇੜ ਤੱਕ, ਹਰ ਪੱਖ ਜਿਹੜਾ ਹੈ ਹਰ ਪੱਖ ਤੋਂ ਸੰਪੂਰਨ ਹੈ ਗੁਰੂ ਕਲਗੀਧਰ ਦਾ। ਹੁਣ ਸਿੱਖ ਹੋਣ ਦੇ ਨਾਤੇ ਅਸੀਂ ਤੇ ਵਡਿਆਉਣਾ ਹੀ ਹੈ ਗੁਰੂ ਗੋਬਿੰਦ ਸਿੰਘ ਨੂੰ, ਪਰ ਹੈਰਾਨੀ ਹੁੰਦੀ ਹੈ ਜਦੋਂ ਗੈਰ ਸਿੱਖ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਵਡਿਆਉਂਦੇ ਨੇ। ਹੁਣ ਗੁਰੂ ਗੋਬਿੰਦ ਸਿੰਘ ਨੂੰ ਵਡਿਆਉਣ ਵਾਲਿਆਂ ਦੇ ਵਿੱਚੋਂ ਵਿਸ਼ੇਸ਼ ਨਾਮ ਹੈ ਜੋਗੀ ਅੱਲਾ ਯਾਰ ਖਾਂ ਜੀ। ਜੋਗੀ ਅੱਲਾ ਯਾਰ ਖਾਂ, ਵੇਖੋ ਗੁਰੂ ਕਲਗੀਧਰ ਦੇ ਪ੍ਰਥਾਏ ਚਾਰ ਲਾਈਨਾਂ ਬੜੀਆਂ ਪਿਆਰੀਆਂ ਲਿਖਦਾ, ਉਹਨੇ ਬਹੁਤ ਕੁਝ ਲਿਖਿਆ ਪਰ ਮੈਂ ਕੇਵਲ ਚਾਰ ਲਾਈਨਾਂ ਕੋਟ ਕਰਨੀਆਂ ਚਾਹੁੰਦਾ। ਜ਼ਰੂਰ। ਕਹਿੰਦਾ, ਦਸ਼ਮੇਸ਼ ਪਿਤਾ ਦੇ ਬਾਰੇ ਚ ਕਹਿੰਦਾ ਹੈ ਜੋਗੀ ਅੱਲਾ ਯਾਰ ਖਾਂ, ਕਹਿੰਦਾ, ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਉਹ ਕੰਮ ਹੈ। ਕਹਿੰਦਾ, ਇਨਸਾਫ ਕਰੇ ਜੀ ਮੈਂ ਜਮਾਨਾ ਤੋਂ ਯਕੀ ਹੈ, ਕਹਿ ਦੋ ਗੁਰ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਨਤਾ ਦੇ ਹਰ ਬੁਲੰਦੀ ਨੂੰ ਛੂੰਹਦੀ ਹੋਈ ਸ਼ਖਸੀਅਤ। ਤੇ ਹੁਣ ਤੀਜਾ ਮਾਪਦੰਡ ਕਿ ਔਲਾਦ ਮਹਾਨ ਹੋਵੇ, ਤੇ ਔਲਾਦ ਦੀ ਮਹਾਨਤਾ ਬਾਰੇ ਕਾਰਨਾਮੇ ਕਰਕੇ ਪੁੱਤਰ ਬਾਪ ਵਡਿਆਇਆ ਜਾਂਦਾ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਹਰ ਪੱਖ ਤੋਂ ਮਹਾਨਤਾ ਦੀ ਬੁਲੰਦੀ ਨੂੰ ਛੂ ਗਏ। ਉਹਨਾਂ ਨੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲਾਂ ਹੀ ਚਮਕਦੀ ਹੋਈ ਸ਼ਾਨ ਨੂੰ ਹੋਰ ਚਾਰ ਚੰਨ ਲਗਾ ਦਿੱਤੇ। ਹੁਣ ਮੈਂ ਦੋ ਉਦਾਹਰਣਾਂ ਬੜੀਆਂ ਪਿਆਰੀਆਂ ਜਿਹੀਆਂ ਦੇਣਾ ਚਾਹੁੰਦਾ ਗੁਰੂ ਕਲਗੀਧਰ ਦੇ ਸਾਹਿਬਜ਼ਾਦਿਆਂ ਦੇ ਬਾਰੇ 'ਚ। ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੇ ਮੈਦਾਨੇ ਜੰਗ ਵਿੱਚ ਜੂਝ ਕੇ ਜਾਮੇ ਸ਼ਹਾਦਤ ਪੀ ਗਏ। ਹੁਣ ਵੇਖਿਓ, ਗਿਆਨੀ ਢਾਡੀ ਸੋਹਣ ਸਿੰਘ ਸੀਤਲ ਹੋਣਾ ਨੇ
ਸਾਹਿਬਜ਼ਾਦਾ ਅਜੀਤ ਸਿੰਘ ਦੀ ਬੜੀ ਪਿਆਰੀ ਗੱਲ ਲਿਖੀ, ਕਹਿੰਦੇ ਜਦੋਂ ਮੈਦਾਨੇ ਜੰਗ ਵਿੱਚ ਜੂਝ ਰਿਹਾ ਸੀ ਸਾਹਿਬਜ਼ਾਦਾ ਅਜੀਤ ਸਿੰਘ, ਉਸ ਸਮੇਂ ਦੀ ਗੱਲ ਉਹਨੇ ਲਿਖੀ ਹੈ। ਕਹਿੰਦਾ ਉਸ ਚੁਣ ਚੁਣ ਮਾਰੇ ਸੂਰਮੇ ਡਾਢੇ ਅਭਿਮਾਨੀ, ਅੱਜ ਜਿਉਂਦਾ ਇੱਕ ਨਾ ਛੱਡਣਾ ਉਸ ਦਿਲ ਵਿੱਚ ਠਾਨੀ। ਉਸ ਚੁਣ ਚੁਣ ਮਾਰੇ ਸੂਰਮੇ ਡਾਢੇ ਅਭਿਮਾਨੀ, ਅੱਜ ਜਿਉਂਦਾ ਇੱਕ ਨਾ ਛੱਡਣਾ ਉਸ ਦਿਲ ਵਿੱਚ ਠਾਨੀ। ਫਿਰ ਸੋਚੇ ਸਾਰੇ ਮਾਰ ਜੇ ਰੱਖ ਲਈ ਜ਼ਿੰਦਗਾਨੀ, ਕੌਣ ਕਹੂਗਾ ਗੁਰੂ ਨੂੰ ਪੁੱਤਰਾਂ ਦਾ ਦਾਨੀ, ਕੌਣ ਕਹੂਗਾ ਗੁਰੂ ਨੂੰ ਪੁੱਤਰਾਂ ਦਾ ਦਾਨੀ। ਉਤਾਰ ਸ਼ਹੀਦੀ ਪਾ ਗਿਆ ਖਾ 500 ਕਾਨੀ, ਰਹੂ ਸੀਤਲਾ ਵਿੱਚ ਇਤਿਹਾਸ ਤੇ ਜ਼ਿੰਦਾ ਕੁਰਬਾਨੀ। ਗੁਰੂ ਕਲਗੀਧਰ ਦਾ ਵੱਡਾ ਸਾਹਿਬਜ਼ਾਦਾ ਗੁਰੂ ਕਲਗੀਧਰ ਦੀਆਂ ਅੱਖਾਂ ਦੇ ਸਾਹਮਣੇ ਜਾਵੇਂ ਸ਼ਹਾਦਤ ਪੀ ਗਿਆ। ਹੁਣ ਦੂਜਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਵੀ ਪਿਤਾ ਨੂੰ ਕਹਿੰਦਾ, ਪਿਤਾ ਜੀ ਮੈਨੂੰ ਵੀ ਆਪਣੇ ਵੀਰ ਦੀ ਤਰ੍ਹਾਂ ਮੈਦਾਨੇ ਜੰਗ ਵਿੱਚ ਜੂਝਣ ਦੀ ਆਗਿਆ ਦੇ ਦਿਓ। ਤੇ ਪਿਤਾ ਗੁਰੂ ਗੋਬਿੰਦ ਸਿੰਘ ਸਵਾਲ ਕਰਦੇ ਨੇ, ਪੁੱਤਰ ਤੇਰੀ ਉਮਰ ਛੋਟੀ ਹੈ, ਸਰੀਰ ਕੋਮਲ ਹੈ, ਤੇਰੇ ਕੋਲ ਅਜੇ ਅਜੀਤ ਸਿੰਘ ਵਰਗੀ ਯੁੱਧ ਕਲਾ ਨਹੀਂ ਹੈ। ਤੇ ਪਰ ਸਾਹਿਬਜ਼ਾਦਾ ਜੁਝਾਰ ਸਿੰਘ ਅੱਗੋਂ ਜਵਾਬ ਕੀ ਦਿੰਦੇ ਨੇ, ਕਹਿੰਦੇ ਪਿਤਾ ਜੀ ਲੜਨਾ ਤੋਂ ਨਹੀਂ ਹਯਾਤਾ, ਮਰਨਾ ਤੋਂ ਹਯਾਤਾ, ਖੁਦ ਬੜ ਕੇ ਗਲਾ ਤੇਕ ਪੇ ਧਰਨਾ ਤੋਂ ਹਯਾਤਾ। ਹੁਣ ਕਿੱਥੋਂ ਸਿੱਖਿਆ ਸੀ ਜੁਝਾਰ ਸਿੰਘ ਨੇ? ਸਿੱਖਿਆ ਸੀ ਗੁਰੂ ਨਾਨਕ ਤੋਂ, ਗੁਰੂ ਨਾਨਕ ਦੀ ਬਾਣੀ ਤੋਂ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀ ਜੈ ਕਾਨ ਕੀ ਜੈ। ਜਾਂ ਗੁਰੂ ਅਰਜਨ ਸਾਹਿਬ ਤੋਂ ਪੜਿਆ ਸੀ, ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ, ਉਹ ਸਭਨ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਤੇ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਪਿਤਾ ਗੁਰੂ ਦਾ ਥਾਪੜਾ ਲੈ ਕੇ ਮੈਦਾਨੇ ਜੰਗ ਵਿੱਚ ਗਿਆ ਸੀ ਨਾ, ਤੇ ਇੱਕ ਲਾਲਾ ਲਾਲ ਚੰਦ ਮਸੂਮ ਨਾਮ ਦਾ ਕਵੀ ਲਿਖਦਾ ਹੈ, ਉਹ ਕਹਿੰਦਾ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ 5 ਸਿੰਘਾਂ ਦਾ ਜਥਾ ਲੈ ਕੇ ਮੈਦਾਨੇ ਜੰਗ ਵਿੱਚ ਆਗੂ ਬਣ ਕੇ ਗਿਆ, ਜੂਝਣ ਲਈ ਗਿਆ, ਤੇ ਕਹਿੰਦੇ ਉਹ ਜਿਹੜੇ ਮੁਗਲ ਜਰਨੈਲ ਸਨ, ਸਾਹਿਬਜ਼ਾਦਾ ਜੁਝਾਰ ਸਿੰਘ ਦੀ ਉਮਰ ਵੱਲ ਵੇਖ ਕੇ, ਲਗਭਗ 14 ਕੁ ਸਾਲ ਦੀ ਸਰੀਰ ਕਾਰਜਾ ਅਜੇ ਮੁੱਛ ਵੀ ਨਹੀਂ ਫੁੱਟੀ, ਤੇ ਉਹਦੀ ਉਮਰ ਵੱਲ ਵੇਖ ਕੇ ਸੋਚ ਕਹਿੰਦੇ ਨੇ ਇਹਦੇ ਕੋਲ ਕੱਲ੍ਹ ਦਾ ਛੋਕਰਾ ਸਾਡਾ ਲੜਨ ਨੂੰ ਆ ਗਿਆ, ਜਿੰਨੀ ਇਹਦੀ ਉਮਰ ਹੈ ਇਹਦੋਂ ਵੱਧ ਸਾਨੂੰ ਜੰਗਾਂ ਲੜਨ ਦਾ ਤਜਰਬਾ ਹੋ ਚੁੱਕਾ ਹੈ। ਤੇ ਉਹਨਾਂ ਨੇ ਕੀ ਆਖਿਆ, ਲਾਲਾ ਲਾਲ ਚੰਦ ਮਸੂਮ ਦੀ ਕਲਮ ਲਿਖਦੀ ਹੈ, ਕਹਿੰਦੇ ਉਹ ਆਪਣੇ ਮੁਗਲ ਜਰਨੈਲਾਂ ਨੂੰ ਵੰਗਾਰਦੇ ਨੇ, ਕਹਿੰਦੇ ਤਲਵਾਰਾਂ ਸੂਤੋ ਗਾਜੀਓ, ਨੇਜੇ ਲਿਸ਼ਕਾ ਲਓ, ਉਹ ਆਇਆ ਕੱਲ ਦਾ ਛੀਂਟਕਾ, ਬਸ ਘੇਰਾ ਪਾ ਲਓ, ਹੁਣ ਜਾਨ ਨਾ ਦੇਣਾ ਜਿਉਂਦਿਆਂ ਕੱਚਿਆਂ ਹੀ ਖਾ ਲਓ, ਹੁਣ ਢਾਲੋ ਇਹਨੂੰ ਆਉਂਦਿਆਂ ਨੇਜੇ ਤੇ ਚਾਹ ਲਓ। ਕਹਿੰਦਾ ਪਰ ਹੋਇਆ ਕੀ, ਪਰ ਗਾਜੀ ਆਪਣੀ ਮੌਤ ਨੂੰ ਲੱਭਦੇ ਹੀ ਰਹਿ ਗਏ, ਉਹ ਸੱਥਰ ਲਾਉਂਦਾ ਤੁਰ ਗਿਆ, ਉਹ ਫੜਦੇ ਹੀ ਰਹਿ ਗਏ। ਗੁਰੂ ਕਲਗੀਧਰ ਦੇ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀ ਗਏ। ਗੁਰੂ ਕਲਗੀਧਰ ਦੇ ਦੋ ਛੋਟੇ ਮਾਸੂਮ ਬਾਲ ਜੋਰਾਵਰ ਸਿੰਘ ਤੇ ਫਤਿਹ ਸਿੰਘ ਸਰਹੰਦ ਦੀਆਂ ਖੂਨੀ ਦੀਵਾਰਾਂ ਵਿੱਚ ਚਿਣ ਕੇ ਇੱਕ ਐਸਾ ਇਤਿਹਾਸ ਸਿਰਜ ਗਏ ਜਿਹਦੇ ਬਾਰੇ 'ਚ ਇੱਕ ਵਿਦਵਾਨ ਕਵੀ ਬੜੀ ਪਿਆਰੀ ਗੱਲ ਲਿਖਦਾ ਹੈ। ਉਹ ਕਹਿੰਦਾ ਜਿਨਕਾ ਮੂੰਹ ਸੂੰਘਣੇ ਸੇ ਦੁੱਧ ਕੀ ਬੂਹ ਆਤੀ ਥੀ, ਕਿਉਂਕਿ ਛੋਟਾ ਬੱਚਾ ਜਦੋਂ ਹੁੰਦਾ ਹੈ ਨਾ ਉਹਦੀ ਖੁਰਾਕ ਕੇਵਲ ਦੁੱਧ ਹੋਇਆ ਕਰਦੀ, ਤੇ ਉਹਦੇ ਮੂੰਹ ਦੇ ਨੇੜੇ ਜਦੋਂ ਅਸੀਂ ਆਪਣਾ ਨੱਕ ਲੈ ਕੇ ਜਾਈਏ ਤੇ ਸਾਨੂੰ ਦੁੱਧ ਦੀ ਖੁਸ਼ਬੂ ਮਹਿਕ ਆਉਂਦੀ ਹੈ। ਤੇ ਉਹ ਵੇਖੋ ਕੀ ਲਿਖਦਾ ਹੈ, ਕਹਿੰਦਾ ਜਿਨਕਾ ਮੂੰਹ ਸੂੰਘਣੇ ਸੇ ਦੁੱਧ ਕੀ ਬੂਹ ਆਤੀ ਥੀ, ਉਹ ਮਾਸੂਮ ਵੀ ਮੇਰੀ ਕੌਮ ਕੇ ਰਾਹਬਰ ਨਿਕਲੇ, ਉਹ ਮਾਸੂਮ ਵੀ ਮੇਰੀ ਕੌਮ ਕੇ ਰਾਹਬਰ ਨਿਕਲੇ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਰਹੰਦ ਦੀਆਂ ਖੂਨੀ ਦੀਵਾਰਾਂ ਵਿੱਚ ਇੱਕ ਐਸਾ ਇਤਿਹਾਸ ਸਿਰਜ ਗਏ। ਇਤਿਹਾਸਕਾਰਾਂ ਨੇ ਉਹਨੂੰ ਨਾਮ ਦਿੱਤਾ ਨਿੱਕੀਆਂ ਜਿੰਦਾਂ ਵੱਡਾ ਸਾਕਾ। ਗੁਰੂ ਕਲਗੀਧਰ ਆਪ ਵੀ ਮਹਾਨ, ਪਿਤਾ ਪਿਤਾਮਾ ਵੀ ਮਹਾਨ, ਗੁਰੂ ਕਲਗੀਧਰ ਦੀ ਔਲਾਦ ਚਾਰ ਸਾਹਿਬਜ਼ਾਦੇ ਵੀ ਮਹਾਨ, ਹਰ ਪੱਖ ਤੋਂ ਸੰਪੂਰਨ ਜੀਵਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ। ਜੀ, ਮੈਨੂੰ ਲੱਗਦਾ ਕਿ ਮੁੱਢਲੀ ਜਾਣਕਾਰੀ ਦੇ ਨਾਲ ਹੀ ਨਾ ਇਸ ਪਹਿਲੇ ਸਵਾਲ ਨੇ ਉਹਨਾਂ ਦੀ ਸਾਰੀ ਵਿਲੱਖਣ ਸ਼ਖਸੀਅਤ ਜਿਹੜੀ ਹੈ ਨਾ ਉਹ ਸੰਗਤ ਰੂਪ ਵਿੱਚ ਬੈਠੇ ਸਾਰੇ ਦਰਸ਼ਕਾਂ ਦੇ ਸਾਹਮਣੇ ਰੱਖ ਦਿੱਤੀ ਹੈ। ਜੰਗੀ ਯੋਧਾ,
ਗੁਰੂ ਗੋਬਿੰਦ ਸਿੰਘ ਜੀ, ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ। ਤੇ ਜਦੋਂ ਉਹਨਾਂ ਨੂੰ ਅਸੀਂ ਇੱਕ ਸੰਤ ਤੇ ਇੱਕ ਸਿਪਾਹੀ ਦੀ ਉਸ ਉੱਚੀ ਪਦਵੀ ਤੇ ਵੇਖਦੇ ਆ ਤੇ ਉਦੋਂ ਲੋਕਾਈ ਨੂੰ ਕੀ ਸੁਨੇਹਾ ਦਿੰਦੇ ਨੇ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੈਸੇ ਜੰਗੀ ਯੋਧੇ ਨੇ ਜੀ। ਦੇਖੋ, ਇੱਕ ਜੰਗ ਲੜਨਾ ਹੁੰਦਾ ਹੈ, ਇੱਕ ਜੰਗ ਲੜਾਉਣਾ ਹੁੰਦਾ ਜੀ। ਜੰਗ ਲੜਨਾ ਯੋਧਾ ਹੈ, ਜੰਗ ਲੜਾਉਣਾ ਜਰਨੈਲ ਹੈ, ਜਰਨੈਲ ਹੈ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ, 14 ਜੰਗਾਂ ਗੁਰੂ ਕਲਗੀਧਰ ਨੂੰ ਲੜਨੀਆਂ ਪਈਆਂ ਜੀ। ਸਭ ਤੋਂ ਪਹਿਲੀ ਜੰਗ ਸੀ 1687 ਈਸਵੀ ਨੂੰ ਭੰਗਾਣੀ ਦਾ ਜੰਗ ਜੀ, ਤੇ ਸਭ ਤੋਂ ਆਖਰੀ ਜੰਗ ਸੀ 1705 ਈਸਵੀ ਮੁਕਤਸਰ ਦੀ ਧਰਤੀ ਦੀ ਜੰਗ ਜੀ। ਹੁਣ 14 ਦੀਆਂ 14 ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਜੀ। ਉਸ ਸਮੇਂ ਦੀ ਮੁਗਲ ਹਕੂਮਤ ਦੇ ਨਾਲ, ਉਸ ਸਮੇਂ ਦੇ ਰਾਜਿਆਂ, ਪਹਾੜੀ ਰਾਜਿਆਂ ਦੇ ਨਾਲ ਯੁੱਧ ਕਰਕੇ ਹਰ ਜੰਗ ਵਿੱਚ ਜਿੱਤ ਪ੍ਰਾਪਤ ਕੀਤੀ ਜੀ। ਪਰ ਇੱਕ ਵੀ ਉਦਾਹਰਣ ਨਹੀਂ ਮਿਲੇਗੀ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਤੇ ਹਮਲਾ ਬੋਲਿਆ ਹੋਵੇ ਜੀ। ਹਾਂ, ਚੜ੍ਹ ਕੇ ਆਇਆਂ ਨੂੰ ਚਣੇ ਜ਼ਰੂਰ ਚਬਾਏ ਜੀ, ਪਰ ਆਪ ਹਮਲਾ ਨਹੀਂ ਕੀਤਾ ਜੀ। ਹੋਰ ਦੇਖਿਓ, ਜੇ ਹੁਣ ਆਪਾਂ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਦੇ ਜੀਵਨ ਇਤਿਹਾਸ ਦੀ, ਇੱਕ ਜੰਗ ਹੈ ਚਮਕੌਰ, ਸਾਕਾ ਚਮਕੌਰ ਜੀ, ਜਿਹਦੇ ਬਾਰੇ ਵਿਚਾਰਵਾਨਾਂ ਨੇ ਲਿਖਿਆ, ਕਹਿੰਦੇ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਬੇਜੋੜ ਤੇ ਅਸਾਮੀ ਜੰਗ ਸਾਕਾ ਚਮਕੌਰ ਚਮਕੌਰ। ਕੈਸੇ ਮਹਾਨ ਜੰਗੀ ਯੋਧੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ। ਉਹ 40 ਭੁੱਖਣ ਭਾਣੇ ਸਿੱਖਾਂ ਨੂੰ 10 ਲੱਖ ਮੁਲਖਈਏ ਨਾਲ ਮੁਕਾਬਲਾ ਕਰਵਾ ਕੇ ਜਿੱਤ ਪ੍ਰਾਪਤ ਕੀਤੀ ਜੀ। ਹੁਣ ਜਿੱਤ ਪ੍ਰਾਪਤ ਕਰਨ ਦੀ, ਮੈਂ ਚਮਕੌਰ ਦੀ ਜਿੱਤ ਦੇ ਉੱਤੇ ਇੱਕ ਵਿਦਵਾਨ ਦੀ ਲਿਖੀ ਗੱਲ ਕਹਿਣੀ ਚਾਹੁੰਦਾ ਜੀ। ਉਹ ਬੜਾ ਪਿਆਰਾ ਪੱਖ ਲਿਖਦਾ ਹੈ, ਉਹ ਕਹਿੰਦਾ ਚਮਕੌਰ ਦੀ ਜੰਗ ਦੀਆਂ 3 ਵੱਡੀਆਂ ਜਿੱਤਾਂ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਵਿੱਚ ਆਈਆਂ ਜੀ। ਹੁਣ ਬਾਹਰੀ ਤੌਰ 'ਤੇ ਜਦੋਂ ਅਸੀਂ ਦੇਖਦੇ ਹਾਂ ਤੇ ਚਮਕੌਰ ਦੀ ਜੰਗ 8 ਪੋਹ ਨੂੰ ਮੁੱਖ ਜੰਗ ਹੋਈ, 9 ਪੋਹ ਨੂੰ ਬਾਕੀ ਸਿੰਘ ਵੀ ਸ਼ਹੀਦ ਹੋ ਗਏ, 8 ਤੇ 9 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਨੂੰ ਛੱਡ ਗਏ ਜੀ, ਤੇ 9 ਪੋਹ ਦੀ ਸ਼ਾਮ ਤੱਕ ਚਮਕੌਰ ਦੀ ਗੜੀ 'ਤੇ ਵੈਰੀਆਂ ਨੇ ਕਬਜ਼ਾ ਕਰ ਲਿਆ ਜੀ। ਹੁਣ ਬਾਹਰੀ ਤੌਰ 'ਤੇ ਤਾਂ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਦੀ ਹਾਰ ਹੋਈ, ਪਰ ਵਿਦਵਾਨ ਲਿਖਦਾ ਹੈ, ਕਹਿੰਦਾ ਚਮਕੌਰ ਦੀ ਜੰਗ ਦੀਆਂ 3 ਵੱਡੀਆਂ ਜਿੱਤਾਂ ਜੋ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਵਿੱਚ ਆਈਆਂ। ਜੰਗੀ ਯੋਧੇ ਦੀ ਗੱਲ ਆਪਾਂ ਕਰ ਰਹੇ ਹਾਂ ਜੀ। ਕਹਿੰਦਾ ਹੁਣ ਚਮਕੌਰ ਦੀ ਜੰਗ ਦੀ ਪਹਿਲੀ ਵੱਡੀ ਜਿੱਤ ਕਿ ਕਿਸੇ ਵੀ ਵੱਲੋਂ ਹਾਰ ਨਾ ਮੰਨਣੀ ਭਾਵੇਂ ਟੋਟੇ ਟੋਟੇ ਹੋ ਗਏ ਜੀ। ਹੁਣ ਮੈਂ ਕਹਿ ਸਕਦਾ ਕਿ ਗੁਰਬਾਣੀ ਥਿਊਰੀ ਹੈ, ਇਤਿਹਾਸ ਉਸਦਾ ਪ੍ਰੈਕਟੀਕਲ ਹੈ ਜੀ। ਭਗਤ ਕਬੀਰ ਜੀ ਦਾ ਜਿਹੜਾ ਬਚਨ ਹੈ ਗੁਰਬਾਣੀ ਦੇ ਅੰਦਰ, ਰਾਗ ਮਾਰੂ ਦੇ ਅੰਦਰ, ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਹੋ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਣ ਕੋ ਦਾਓ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੇ ਖੇਤ, ਸਾਕਾ ਚਮਕੌਰ। ਇਸ ਗੱਲ ਦਾ ਪ੍ਰਤੱਖ ਪ੍ਰੈਕਟੀਕਲ ਹੈ ਕਿ ਕਿਸੇ ਵੀ ਸਿੱਖ ਵੱਲੋਂ ਹਾਰ ਨਾ ਮੰਨਣੀ ਭਾਵੇਂ ਟੋਟੇ ਟੋਟੇ ਹੋ ਗਏ, ਇਹ ਪਹਿਲੀ ਵੱਡੀ ਜਿੱਤ ਜੀ। ਚਮਕੌਰ ਦੀ ਜੰਗ ਦੀ ਦੂਜੀ ਵੱਡੀ ਜਿੱਤ ਤੋਂ ਲਿਖਦਾ ਹੈ, ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਸਾਹਿਬਜ਼ਾਦਿਆਂ ਦੇ ਨਾਲੋਂ ਸਿੱਖਾਂ ਨੂੰ ਵੱਧ ਪਿਆਰ ਕਰਨਾ ਜੀ। ਤੇ ਚਮਕੌਰ ਦੀ ਜੰਗ ਦੀ ਤੀਜੀ ਵੱਡੀ ਜਿੱਤ ਜੀ, ਕਿ ਮੁਗਲ ਹਕੂਮਤ ਪਹਾੜੀ ਰਾਜਿਆਂ ਦੇ ਨਾਲ ਲੜ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਫੜਨਾ ਚਾਹੁੰਦੀ ਹੈ, ਮਾਰਨਾ ਚਾਹੁੰਦੀ ਹੈ, 14 ਜੰਗਾਂ ਲੜੀਆਂ ਜੀ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ 10 ਲੱਖ ਦੇ ਘੇਰੇ ਵਿੱਚ ਕੱਤਿਆ, ਅਨੰਦਪੁਰ ਖਾਲੀ ਕਰਵਾ ਲਿਆ, ਪਰ ਗੁਰੂ ਗੋਬਿੰਦ ਸਿੰਘ ਨੂੰ ਨਾ ਉਹ ਫੜ ਸਕੇ ਨਾ ਮਾਰ ਸਕੇ। ਕਹਿੰਦੇ ਚਮਕੌਰ ਦੀ ਜੰਗ ਦੀ ਤੀਜੀ ਸਭ ਤੋਂ ਵੱਡੀ ਜਿੱਤ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਫਿਰ ਵੀ ਸਹੀ ਸਲਾਮਤ ਬਚ ਕੇ ਨਿਕਲ ਜਾਣਾ, ਇੱਕ ਤੀਜੀ ਵੱਡੀ ਜਿੱਤ। ਜੰਗੀ ਯੋਧਾ ਕਮਾਲ ਯੋਧਾ ਨੇ ਜੀ, ਕੈਸੇ ਤੀਰ ਅੰਦਾਜ਼ ਨੇ, ਕੈਸੇ ਤਲਵਾਰ ਦੇ ਧਨੀ ਨੇ ਜੀ। ਗੁਰੂ ਗੋਬਿੰਦ ਸਿੰਘ ਦੇ ਜੀਵਨ ਇਤਿਹਾਸ ਦੇ ਇਸ ਪੱਖ 'ਤੇ ਗੱਲ ਕਰਨੀ ਹੋਵੇ ਤੇ ਆਪਾਂ ਇਹ ਪੂਰਾ ਪ੍ਰੋਗਰਾਮ ਇਸ ਵਿਸ਼ੇ 'ਤੇ ਲੈ ਕੇ ਅੱਗੇ ਜਾ ਸਕਦੇ ਜੀ। ਸੁਰਜੀਤ ਸਿੰਘ ਜੀ, ਆਪਾਂ ਇਹ ਗੱਲ ਕਰ ਰਹੇ ਸੀਗੇ ਕਿ ਜਦੋਂ ਸੰਤ ਸਿਪਾਹੀ ਬਣਦੇ ਨੇ ਜੀ, ਇੱਕ ਐਸਾ ਸੂਰਬੀਰ ਯੋਧਾ ਜਿਹੜਾ ਸੰਤ ਵੀ ਹੈ ਤੇ ਸਿਪਾਹੀ ਵੀ ਜੀ,
ਜੰਗਾਂ ਯੁੱਧਾਂ ਤੋਂ ਬਾਅਦ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਦੇ ਨੇ, ਇੱਕ ਐਸਾ ਸ਼ਹਿਨਸ਼ਾਹ ਜਿਹੜਾ ਤਖ਼ਤ ਦੇ ਉੱਤੇ ਬੈਠਾ ਹੈ ਅਤੇ ਪੂਰੇ ਜਲੌ ਦੇ ਨਾਲ, ਕਲਗੀ ਦੇ ਨਾਲ, ਜਿਹਦੇ ਮੁੱਖ ਦਾ ਤੇਜ ਲੋਕਾਂ ਕੋਲੋਂ ਝੱਲਿਆ ਨਹੀਂ ਜਾਂਦਾ, ਅਤੇ ਜਦੋਂ ਤੁਰ ਪੈਂਦੇ ਨੇ ਸਾਰਾ ਕੁਝ ਛੱਡ ਕੇ, ਅਤੇ ਇੱਕ ਦਰਵੇਸ਼ ਦੇ ਵਾਂਗ ਜਦੋਂ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚਦੇ ਨੇ। ਗੁਰੂ ਗੋਬਿੰਦ ਸਿੰਘ ਦੇ ਜੀਵਨ ਇਤਿਹਾਸ ਦਾ ਨਾ ਇੱਕ ਬਹੁਤ ਹੀ ਅਹਿਮ ਪੱਖ ਹੈ ਜੀ, ਵਿਰੋਧੀ ਪੱਖ ਹੈ, ਬਾਹਰੀ ਤੌਰ 'ਤੇ ਦੇਖੋ ਕਿ ਤਾਂ ਵਿਰੋਧੀ ਪੱਖ ਹੈ ਜੀ। ਇੱਕ ਪੱਖ ਹੈ ਜਦੋਂ ਅਨੰਦਪੁਰ ਸਾਹਿਬ ਦੇ ਸ਼ਾਹੀ ਤਖ਼ਤ ਦੇ ਉੱਤੇ ਬੈਠੇ ਨੇ ਸ਼ਹਿਨਸ਼ਾਹ ਬਣ ਕੇ ਜੀ, ਕੈਸੇ ਸ਼ਹਿਨਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੂੰ ਨਤਮਸਤਕ ਹੋਣ ਵਾਲਿਆਂ ਦੀ ਕਦੀ ਲਾਈਨ ਨਹੀਂ ਟੁੱਟਦੀ ਜੀ, ਉਹਨਾਂ ਨੂੰ ਚੜ੍ਹ ਰਹੀਆਂ ਪਿਟਾਵਾਂ ਦੀ ਗਿਣਤੀ ਨਹੀਂ ਰੋਜ਼ ਹੋ ਸਕਦੀ ਜੀ, ਪ੍ਰਸਾਦੀ ਹਾਥੀ ਗੁਰੂ ਸਾਹਿਬ 'ਤੇ ਚੌੜ ਕਰਦਾ ਹੈ ਜੀ। ਕਿਆ ਕਮਾਲ ਹੈ, ਗੁਰੂ ਗੋਬਿੰਦ ਸਿੰਘ ਦਾ ਸ਼ਹਿਨਸ਼ਾਹੀ ਪੱਖ ਹੈ, ਢਾਲਾਂ ਭਰ ਭਰ ਕੇ ਮੋਹਰਾਂ ਦੀਆਂ ਇਨਾਮ ਵਜੋਂ ਬਖਸ਼ਿਸ਼ ਕਰੀ ਜਾਂਦੇ ਨੇ, ਇਹ ਸ਼ਹਿਨਸ਼ਾਹੀ ਪੱਖ ਹੈ ਜੀ। ਪਰ ਉਸੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਦਾ ਦੂਜਾ ਪੱਖ ਹੈ ਮਾਛੀਵਾੜੇ ਦਾ ਜੰਗਲ ਜੀ, ਜਿੱਥੇ ਬਾਹਰੀ ਤੌਰ 'ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਕੁਝ ਵੀ ਨਹੀਂ ਹੈ, ਜਾਮਾ ਵੀ ਪਾੜ ਕੇ ਲੀਰੋ ਲੀਰ ਹੋ ਚੁੱਕਾ ਹੈ, ਪੈਰੀਂ ਜੋੜਾ ਵੀ ਨਹੀਂ ਹੈ, ਕਲਗੀ ਵੀ ਨਹੀਂ ਹੈ, ਤਾਜ ਵੀ ਨਹੀਂ ਹੈ, ਘੋੜਾ ਵੀ ਨਹੀਂ ਹੈ, ਬਾਜ ਵੀ ਨਹੀਂ ਹੈ, ਕੁਝ ਵੀ ਨਹੀਂ ਸੀ ਕਲਗੀਧਰ ਦੇ ਕੋਲ ਬਾਹਰੀ ਤੌਰ 'ਤੇ ਜੀ। ਪਰ ਕਲਗੀਧਰ ਪਾਤਸ਼ਾਹ ਕੈਸੇ ਦਰਵੇਸ਼ ਨੇ ਫਿਰ ਵੀ ਚੜ੍ਹਦੀ ਕਲਾ ਹੈ ਜੀ। ਹੁਣ ਉਹ ਚੜ੍ਹਦੀ ਕਲਾ ਦਾ ਕਾਰਨ ਕੀ ਸੀ? ਇੱਕ ਬੜੇ ਪਿਆਰੀ ਪੱਖ ਹੈ, ਕਹਿੰਦੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਨੂੰ ਮਾਛੀਵਾੜੇ ਦੇ ਜੰਗਲਾਂ 'ਚ ਇਕੱਲੇ ਫਿਰਦੇ ਵੇਖ ਕੇ ਕਿਸੇ ਨੇ ਤੰਜ ਕੀਤੀ, ਵਿਅੰਗ ਕੱਸਿਆ, ਨਾ ਡੱਲਾ ਨਾ ਮੱਲਾ, ਗੁਰੂ ਫਿਰੇ ਇਕੱਲਾ। ਹੁਣ ਬਾਹਰੀ ਤੌਰ 'ਤੇ ਸੱਚ ਹੈ ਜੀ, ਪਰ ਕਹਿੰਦੇ ਗੁਰੂ ਕਲਗੀਧਰ ਦਾ ਜਵਾਬ ਸੁਣਿਓ, ਚੜ੍ਹਦੀ ਕਲਾ ਦਾ ਜਵਾਬ ਕੀ ਸੀ? ਕਹਿੰਦੇ ਮੇਰੀ ਚੜ੍ਹਦੀ ਕਲਾ ਦਾ ਰਾਜ ਕੀ ਹੈ ਜੀ? ਕਹਿੰਦਾ ਨਾ ਡੱਲਾ, ਉਹਨੇ ਆਖਿਆ ਨਾ ਡੱਲਾ ਨਾ ਮੱਲਾ, ਗੁਰੂ ਫਿਰੇ ਇਕੱਲਾ। ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਵਾਬ ਸੀ, ਕੀ ਹੋਇਆ ਜੇ ਡੱਲਾ ਨਾ ਮੱਲਾ, ਗੁਰੂ ਕਦੇ ਨਾ ਇਕੱਲਾ, ਗੁਰੂ ਨਾਲ ਹਮੇਸ਼ਾ ਅੱਲਾ। ਵਾਹਿਗੁਰੂ! ਤੇ ਜਿਹਦੇ ਨਾਲ ਅੱਲਾ ਹੋਵੇ ਜੀ, ਉਹ ਕਿਵੇਂ ਡੋਲ ਸਕਦਾ ਹੈ ਜੀ? ਉਹ ਚੜ੍ਹਦੀ ਕਲਾ ਵਿੱਚ ਰਹਿ ਗਏ ਰਹੇਗਾ, ਉਹ ਸ਼ਹਿਨਸ਼ਾਹ ਵੀ ਹੈ, ਉਹ ਦਰਵੇਸ਼ ਵੀ ਹੈ ਗੁਰੂ ਗੋਬਿੰਦ ਸਿੰਘ ਜੀ। ਹਾਂਜੀ ਜੀ, ਤੇ ਕਿਆ ਖੂਬਸੂਰਤੀ ਦੇ ਨਾਲ ਉਹਨਾਂ ਦੇ ਜੀਵਨ ਬਿਰਤਾਂਤ ਦੇ ਵਿੱਚੋਂ, ਪਲ ਪਲ ਦੇ ਉੱਤੇ, ਪੈਰ ਪੈਰ ਦੇ ਉੱਤੇ, ਛਿੰਦ ਛਿੰਦ, ਬਿੰਦ ਬਿੰਦ ਦੇ ਵਿੱਚੋਂ ਸਾਨੂੰ ਸੁਨੇਹੇ ਮਿਲਦੇ ਨੇ, ਕਿੱਥੇ ਉਹ ਸ਼ਹਿਨਸ਼ਾਹ ਅਤੇ ਕਿੱਥੇ ਦਰਵੇਸ਼ ਨੇ ਜੀ। ਅਤੇ ਜਿੱਥੇ ਉਹ ਉਸ ਕੌਮ ਨੂੰ ਜਗਾਉਂਦੇ ਨੇ, ਹਲੂਣਾ ਦੇ ਕੇ ਜਗਾਉਂਦੇ ਨੇ, ਮੈਦਾਨ ਦੇ ਵਿੱਚ ਨੰਗੀ ਸ਼੍ਰੀ ਸਾਹਿਬ ਦੇ ਨਾਲ ਬੁਲਾਉਂਦੇ ਨੇ ਕਿ ਹੈ ਕੋਈ ਐਸਾ ਗੁਰੂ ਦਾ ਸਿੱਖ ਜਿਹੜਾ ਮੇਰੇ ਇੱਕ ਆਵਾਜ਼ ਦੇ ਉੱਤੇ ਆਪਣਾ ਸੀਸ ਜਿਹੜਾ ਉਹ ਧੜ ਤੋਂ ਜੁਦਾ ਕਰ ਦੇਵੇ। 1699 ਵਿਸਾਖੀ ਵਾਲਾ ਦਿਨ ਅਤੇ ਖਾਲਸਾ ਪੰਥ ਦੀ ਸਾਜਨਾ ਜੀ। ਹੁਣ ਡਾਕਟਰ ਮੁਹੰਮਦ ਲਤੀਫ ਨੇ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਬੇਅੰਤ ਗੁਣਾਂ 'ਚੋਂ ਚਾਰ ਵਿਸ਼ੇਸ਼ ਗੁਣਾਂ ਦਾ ਜ਼ਿਕਰ ਕਰਦਿਆਂ ਬੜਾ ਪਿਆਰਾ ਲਿਖਿਆ ਜੀ। ਕਹਿੰਦਾ ਗੁਰੂ ਗੋਬਿੰਦ ਸਿੰਘ ਤਖ਼ਤ ਦੇ ਉੱਤੇ ਛਹਿਨਸ਼ਾਹ, ਗੁਰੂ ਗੋਬਿੰਦ ਸਿੰਘ ਜੰਗ ਦੇ ਮੈਦਾਨ ਵਿੱਚ ਜੇਤੂ ਯੋਧਾ, ਗੁਰੂ ਗੋਬਿੰਦ ਸਿੰਘ ਗੁਰੂ ਰੂਪ ਵਿੱਚ ਗਿਆਨ ਦਾ ਦਾਤਾ, ਪਰ ਚੌਥਾ ਗੁਣ ਵੇਖਿਓ ਕੀ ਲਿਖਦਾ, ਕਹਿੰਦਾ ਪਰ ਖਾਲਸੇ ਦੀ ਸੰਗਤ ਵਿੱਚ ਫਕੀਰ ਗੁਰੂ ਗੋਬਿੰਦ ਸਿੰਘ। ਬਹੁਤ ਖੂਬ! ਕੈਸਾ ਫਕੀਰ ਹੈ, ਆਪਣੇ ਹੱਥੀਂ ਪੰਜਾਂ ਪਿਆਰਿਆਂ ਨੂੰ ਸਾਜਣਾ ਕੀਤੀ, ਆਪਣੇ ਹੱਥੀਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਸਾਜਣਾ ਕੀਤੀ, ਤੇ ਪੰਜਾਂ ਪਿਆਰਿਆਂ ਨੂੰ ਇਹ ਨਹੀਂ ਆਖਿਆ ਬੋਲ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਨਹੀਂ ਆਖਿਆ, ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਪ੍ਰਗਟ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਪੂਰੇ ਗੁਰੂ ਦੀ ਪਹਿਚਾਣ ਹੀ ਇਹੀ ਹੈ, ਉਹ ਆਪਣੇ ਨਾਲ ਹੀ ਜੋੜਦਾ, ਸਿੱਧਾ ਕਰਤਾਰ ਨਾਲ ਜੋੜਦਾ। ਤੇ ਵੇਖੋ ਕੈਸਾ ਖਾਲਸੇ ਦੀ ਸੰਗਤ ਵਿੱਚ ਫਕੀਰ ਗੁਰੂ ਗੋਬਿੰਦ ਸਿੰਘ ਹੈ। ਆਪਾਂ ਗੁਰੂ ਗੋਬਿੰਦ ਸਿੰਘ ਦੇ ਬੇਅੰਤ ਗੁਣਾਂ 'ਚੋਂ ਇੱਕ ਗੁਣ ਕਹਿੰਦੇ ਅੰਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਜੀ, ਪਰ ਉਹ ਅੰਮ੍ਰਿਤ ਦਾ ਦਾਤਾ ਹੀ ਨਹੀਂ, ਉਹ ਅੰਮ੍ਰਿਤ ਦਾ ਦਾਤਾ ਬਣ ਕੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪਰ ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਭਿਖਾਰੀ ਬਣ ਕੇ ਅੰਮ੍ਰਿਤ ਦੀ ਦਾਤ ਮੰਗਣ ਲੱਗ ਪਏ ਜੀ।
ਹੈ ਦੁਨੀਆ ਦੇ ਇਤਿਹਾਸ ਅੰਦਰ ਕੋਈ ਐਸਾ ਪੈਗੰਬਰ, ਐਸਾ ਰਹਿਬਰ ਜਿਹੜਾ ਦਾਤਾ ਵੀ ਹੋਵੇ ਤੇ ਭਿਖਾਰੀ ਵੀ ਹੋਵੇ? ਇਹ ਕੇਵਲ ਗੁਰੂ ਗੋਬਿੰਦ ਸਿੰਘ ਹੈ, ਆਪੇ ਗੁਰ ਆਪੇ ਗੁਰ ਚੇਲਾ। ਹਾਂਜੀ ਹਾਂਜੀ, ਵੀ ਉਸ ਵੇਲੇ ਵੀ ਉਹ ਇੱਕ ਕੌਮ ਦੇ ਵਾਸਤੇ, ਸਮੁੱਚੀ ਕਾਇਨਾਤ ਦੇ ਵਾਸਤੇ ਇੱਕ ਐਸਾ ਸੁਨੇਹਾ, ਇੱਕ ਐਸਾ ਰਹਿਬਰ, ਇੱਕ ਐਸਾ ਉੱਚ ਦਾ ਪੀਰ ਜਿਹਨੇ ਖੁਦ ਉਹਨਾਂ ਚੀਜ਼ਾਂ ਨੂੰ ਆਪਣੇ 'ਤੇ ਹੰਢਾਇਆ ਅਤੇ ਫਿਰ ਲੋਕਾਂ ਦੀ ਉਹਦਾ ਸੁਨੇਹਾ ਦਿੱਤਾ ਜੀ। ਅਤੇ ਇੱਕ ਉਹ ਸੁਨੇਹਾ ਜਿਹੜਾ ਇਸ ਵੇਲੇ ਲੁਕਾਈ ਉਹਨਾਂ ਦੇ ਪੂਰੇ ਜੀਵਨ ਦੇ ਵਿੱਚੋਂ, ਉਹਨਾਂ ਦੇ ਉਸ ਜੀਵਨ ਦੇ ਫਲਸਫੇ ਦੇ ਵਿੱਚੋਂ ਲੈਣਾ ਮੰਗਦੀ ਹੈ, ਲੋਚਦੀ ਹੈ। ਹਾਂਜੀ, ਮੈਂ ਇੱਕ ਛੋਟੀ ਜਿਹੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਇਤਿਹਾਸ ਦੀ ਘਟਨਾ ਦੇ ਵਿੱਚੋਂ ਸੰਦੇਸ਼ ਗੁਰੂ ਗੋਬਿੰਦ ਸਿੰਘ ਦੇ ਦੇਣਾ ਚਾਹੁੰਦਾ, ਜੋ ਮੈਨੂੰ ਲੱਗਦਾ ਅੱਜ ਦੇ ਸਮੇਂ ਦੀ ਲੋੜ ਹੈ। ਬਹਾਦਰ ਸ਼ਾਹ ਦੇ ਨਾਲ, ਬਾਦਸ਼ਾਹ ਬਹਾਦਰ ਸ਼ਾਹ ਦੇ ਨਾਲ ਆਗਰੇ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਹੋਈ ਜੀ। ਅਤੇ ਬਾਦਸ਼ਾਹ ਬਹਾਦਰ ਸ਼ਾਹ ਨੇ ਇੱਕ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਦੇ ਉੱਤੇ, ਕਹਿੰਦੇ ਮਜ਼ਹਬ ਤੁਮਾਰਾ ਖੂਬ ਕਿ ਹਮਾਰਾ ਖੂਬ, ਵੀ ਧਰਮ ਤੁਹਾਡਾ ਚੰਗਾ ਕਿ ਮੇਰਾ ਚੰਗਾ ਜੀ। ਹੁਣ ਮੇਰਾ ਖਿਆਲ ਹੈ ਅੱਜ ਸਾਡੇ ਵੱਖ ਵੱਖ ਧਰਮਾਂ 'ਚ ਅਸੀਂ ਵਿਚਰਨ ਵਾਲੇ, ਅਸੀਂ ਹਰ ਇੱਕ ਕਵੇਗਾ ਮੇਰਾ ਚੰਗਾ ਬਾਕੀ ਮਾੜੇ ਜੀ, ਮੇਰਾ ਚੰਗਾ ਬਾਕੀ ਮਾੜੇ। ਔਰੰਗਜ਼ੇਬ ਵੀ ਇਹੀ ਚਾਹੁੰਦਾ ਸੀ ਨਾ ਕਿ ਮੈਂ ਕੇਵਲ ਇਸਲਾਮੀ ਰਾਸ਼ਟਰ ਬਣਾਉਣਾ ਹੈ, ਪਰ ਇਸਲਾਮੀ ਰਾਸ਼ਟਰ ਬਣਾ ਨਹੀਂ ਸਕਿਆ। ਬੁੱਲੇ ਸ਼ਾਹ ਦਾ ਕਥਨ ਸਾਹਮਣੇ ਹੈ, ਨਾ ਬਾਤ ਕਹੂੰ ਮੈਂ ਅਬ ਕੀ, ਨਾ ਬਾਤ ਕਹੂੰ ਮੈਂ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਤੇ ਬਹਾਦਰ ਸ਼ਾਹ ਸਵਾਲ ਕਰਦਾ ਮਜ਼ਹਬ ਤੁਮਾਰਾ ਖੂਬ ਕੇ ਹਮਾਰਾ ਖੂਬ, ਬਲਹਾਰ ਜਾਈਏ ਸੰਦੇਸ਼ ਲਈਏ ਗੁਰੂ ਗੋਬਿੰਦ ਸਿੰਘ ਤੋਂ। ਗੁਰੂ ਗੋਬਿੰਦ ਸਿੰਘ ਦਾ ਜਵਾਬ ਕੀ ਸੀ? ਬਹਾਦਰ ਸ਼ਾਹ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ। ਸਾਰਿਆਂ ਨੂੰ ਆਪਣਾ ਆਪਣਾ ਧਰਮ ਮੁਬਾਰਕ, ਅਸੀਂ ਆਪਣਾ ਆਪਣੇ ਧਰਮ ਦੀ ਆਜ਼ਾਦੀ ਵਿੱਚ ਵਿਚਰਦਿਆਂ ਹੋਇਆਂ ਹਰ ਧਰਮ ਦਾ ਸਤਿਕਾਰ ਕਰੀਏ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਜੀਵਨ ਇਤਿਹਾਸ ਤੋਂ ਇਸ ਮੁੱਖ ਸੰਦੇਸ਼ ਲੈਣ ਦੀ ਲੋੜ ਹੈ, ਤੇ ਇਸ ਸੰਦੇਸ਼ ਨੂੰ ਜੇ ਪੱਲੇ ਬੰਨ ਲਿਆ ਜਾਵੇ ਤੇ ਸਾਡਾ ਹਿੰਦੁਸਤਾਨ, ਸਮੁੱਚਾ ਸੰਸਾਰ ਸੁਖੀ ਵੱਸ ਸਕਦਾ ਜੀ। ਬਹੁਤ ਖੂਬ। ਔਰ ਇੱਦਾਂ ਜਿੱਦਾਂ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਇੱਦਾਂ ਸ਼ਬਦਾਂ ਦੇ ਰੂਪ ਦੇ ਵਿੱਚ, ਇਹਨਾਂ ਗੱਲਾਂ ਦੇ ਇਸ ਵਾਰਤਕ ਦੇ ਰੂਪ ਦੇ ਵਿੱਚ ਤੁਸੀਂ ਉਸ ਅਕਾਲ ਪੁਰਖ ਦੀ ਉਸਤਤ ਕੀਤੀ ਹੈ, ਉਸ ਸਾਹਿਬੇ ਕਮਾਲ ਦੀ ਉਸਤਤ ਕੀਤੀ। ਤੁਹਾਡਾ ਸਟੂਡੀਓ ਵਿੱਚ ਆਉਣ 'ਤੇ ਬਹੁਤ ਬਹੁਤ ਧੰਨਵਾਦ। ਸੰਗਤ ਰੂਪ ਵਿੱਚ ਜੁੜ ਬੈਠੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਅੱਜ ਦੇ ਇਸ ਗੁਰਪੁਰਬ ਦੇ ਸੰਬੰਧ ਵਿੱਚ।